ਤੇਰਾ ਪਿਆਰ ਬਹੁਤ ਸੀ ਬਾਈ ਨਾਲ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਖੁਸ਼ੀਆਂ ਦੇ ਮੌਕੇ ਆਏ ਹੋ, ਅਫਸੋਸ ਵਿੱਚ ਤਾਂ ਬੜਾ ਲੰਬਾ ਸਮਾਂ ਚੱਲਿਆ ਅਤੇ ਲੇਕਿਨ ਹੁਣ ਅੱਜ ਖੁਸ਼ੀਆਂ ਘਰ ਦੇ ਵਿੱਚ ਆਈਆਂ, ਤਾਂ ਕੀ ਕਹਿਣਾ ਚਾਹੋਗੇ ਇਸ ਮੌਕੇ? ਬਸ ਜੀ, ਕੋਈ ਖੁਸ਼ੀ ਦਾ ਟਿਕਾਣਾ ਹੀ ਹੈ ਨਹੀਂ ਹੈਗਾ, ਹੈ ਨਾ। ਪਰਮਾਤਮਾ ਨੇ ਉਸ ਘਰ 'ਚ ਚਿਰਾਗ ਵਾਪਸ ਮੋੜਿਆ ਜੀ, ਬਹੁਤ ਖੁਸ਼ੀ ਇਸ ਗੱਲ ਦੀ। ਸਾਰੇ ਜਗਤ ਨੂੰ ਇਹੋ ਜਿਹੀ ਸਾਨੂੰ ਤਾਂ ਹੋਣੀ ਹੋਣੀ, ਔਰ ਉਹਦੇ ਮਾਂ ਪਿਓ ਦਾ ਸਹਾਰਾ ਜਿਹੜਾ ਅਰਦਾਸ ਕਰਿਆ ਉਹ ਸੱਚੇ ਪਾਤਸ਼ਾਹ ਨੇ, ਉਹਦਾ ਲੱਖ ਲੱਖ ਸ਼ੁਕਰਾਨਾ। ਮਿਲੇ ਹੁਣ ਤੁਸੀਂ ਪਰਿਵਾਰ ਨੂੰ? ਨਹੀਂ, ਆਏ ਹਾਂ ਜੀ। ਕਿਵੇਂ ਪਤਾ ਲੱਗਿਆ ਤੁਹਾਨੂੰ ਜਦੋਂ? ਤੁਸੀਂ ਨਾ ਜ਼ਿਆਦਾਤਰ ਪਰਿਵਾਰ ਦੇ ਨਾਲ ਰਹਿੰਦੇ ਹੋ, ਸੋਸ਼ਲ ਨੈਟਵਰਕ ਤੋਂ ਪਤਾ ਲੱਗੇ ਸਾਨੂੰ ਜੀ ਕਰਕੇ। ਇੰਨਾ ਲੇਟ ਕਿਉਂ ਹੋ ਗਿਆ? ਮੈਂ ਬਿਮਾਰ ਸੀਗਾ ਜੀ, ਮਤਲਬ ਵਿੱਚੋਂ ਅੱਜ ਥੋੜ੍ਹਾ ਜਿਹਾ ਠੀਕ ਹੋਇਆ, ਫਿਰ ਉਸੇ ਵੇਲੇ ਤਾਂ ਹੀ ਦੌੜਦੀ ਸੀ ਵੀ ਛੇਤੀ ਚੱਲੀ ਗਈ ਅੱਜ ਦਾ ਚੱਲ ਜਾ ਕੇ। ਬਹੁਤ ਖੁਸ਼ੀ। ਕੋਈ ਕੁਛ ਬਣਾਇਆ ਪੁਰਾਣੇ, ਕੋਈ ਸਾਂਝੀ ਕਰ ਦਿਓ ਕੋਈ, ਹੈ ਨਾ ਗੱਲਬਾਤ? ਮੈਂ ਉਹਨੂੰ ਜਿੱਦ ਬਹਿੜ ਕਹਿੰਦਾ ਹੁੰਦਾ ਸੀ, ਪਰਮਾਤਮਾ ਨੇ ਉਹ ਹੀ ਜਿੱਦ ਬਹਿੜ ਸਾਡਾ ਮੂਰਤਾਂ ਵਾਸਤੇ ਅੱਜ ਤਾਂ ਖੁਸ਼ੀ ਚੱਕੀ ਫਿਰਦਾ, ਪਰ ਉਹ ਦਿਲਾਂ ਦਾ ਰਾਜਾ ਸੀ, ਹਰ ਇੱਕ ਨੂੰ ਪਿਆਰ ਕਰਦਾ ਸੀ। ਆ ਗਿਆ ਫਿਰ ਬਾਈ ਦੁਬਾਰੇ ਹੁਣ ਬਹੁਤ, ਹਰ ਇੱਕ ਅੱਖ ਸਿੱਧੂ ਲਈ ਰਹੀ ਅਤੇ ਹਰ ਇੱਕ ਨੇ ਖੁਸ਼ੀ ਮਨਾਈ ਹੈ ਜੀ ਪੂਰੇ ਵਰਲਡ ਵਿੱਚ। ਥੈਂਕ ਯੂ ਜੀ, ਬਹੁਤ ਪਰਮਾਤਮਾ ਨੇ ਸੁਣੀ ਹੈ ਜੀ ਸੱਚੇ ਪਾਤਸ਼ਾਹ ਨੇ। ਤੇਰਾ ਪਿਆਰ ਬਹੁਤ ਸੀ ਬਾਈ ਨਾਲ, ਹੈ ਨਾ। ਸੀ ਨਹੀਂ ਹੈਗਾ ਜੀ, ਰਹੂਗਾ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਖੁਸ਼ੀਆਂ ਦੇ ਮੌਕੇ ਆਏ ਹੋ, ਅਫਸੋਸ ਵਿੱਚ ਤਾਂ ਬੜਾ ਲੰਬਾ ਸਮਾਂ ਚੱਲਿਆ ਅਤੇ ਲੇਕਿਨ ਹੁਣ ਅੱਜ ਖੁਸ਼ੀਆਂ ਘਰ ਦੇ ਵਿੱਚ ਆਈਆਂ, ਤਾਂ ਕੀ ਕਹਿਣਾ ਚਾਹੋਗੇ ਇਸ ਮੌਕੇ? ਬਸ ਜੀ, ਕੋਈ ਖੁਸ਼ੀ ਦਾ ਟਿਕਾਣਾ ਹੀ ਹੈ ਨਹੀਂ ਹੈ, ਹੈ ਨਾ। ਪਰਮਾਤਮਾ ਨੇ ਉਸ ਘਰ 'ਚ ਚਿਰਾਗ ਵਾਪਸ ਮੋੜਿਆ ਜੀ, ਬਹੁਤ ਖੁਸ਼ੀ ਹੈ ਇਸ ਗੱਲ ਦੀ। ਸਾਰੇ ਜਗਤ ਨੂੰ ਇਹੋ ਜਿਹੀ ਸਾਨੂੰ ਤਾਂ ਹੋਣੀ ਹੋਣੀ, ਔਰ ਉਹਦੇ ਮਾਂ ਪਿਓ ਦਾ ਸਹਾਰਾ ਜਿਹੜਾ ਅਰਦਾਸ ਕਰਿਆ ਉਹ ਸੱਚੇ ਪਾਤਸ਼ਾਹ ਨੇ, ਉਹਦਾ ਲੱਖ ਲੱਖ ਸ਼ੁਕਰਾਨਾ। ਮਿਲੇ ਹੁਣ ਤੁਸੀਂ ਪਰਿਵਾਰ ਨੂੰ? ਨਹੀਂ, ਆਏ ਹਾਂ ਜੀ। ਕਿਵੇਂ ਪਤਾ ਲੱਗਿਆ ਤੁਹਾਨੂੰ ਜਦੋਂ? ਤੁਸੀਂ ਨਾ ਜ਼ਿਆਦਾਤਰ ਪਰਿਵਾਰ ਦੇ ਨਾਲ ਰਹਿੰਦੇ ਹੋ, ਸੋਸ਼ਲ ਨੈਟਵਰਕ ਤੋਂ ਪਤਾ ਲੱਗੇ ਸਾਨੂੰ ਜੀ ਕਰਕੇ। ਇੰਨਾ ਲੇਟ ਕਿਉਂ ਹੋ ਗਿਆ? ਮੈਂ ਬਿਮਾਰ ਸੀਗਾ ਜੀ, ਮਤਲਬ ਵਿੱਚੋਂ ਅੱਜ ਥੋੜ੍ਹਾ ਜਿਹਾ ਠੀਕ ਹੋਇਆ, ਫਿਰ ਉਸੇ ਵੇਲੇ ਤਾਂ ਹੀ ਦੌੜਦੀ ਸੀ ਵੀ ਛੇਤੀ ਚੱਲੀ ਗਈ ਅੱਜ ਦਾ ਚੱਲ ਜਾ ਕੇ। ਬਹੁਤ ਖੁਸ਼ੀ। ਕੋਈ ਕੁਛ ਬਣਾਇਆ ਪੁਰਾਣੇ, ਕੋਈ ਸਾਂਝੀ ਕਰ ਦਿਓ ਕੋਈ, ਹੈ ਨਾ ਗੱਲਬਾਤ? ਮੈਂ ਉਹਨੂੰ ਜਿੱਦ ਬਹਿੜ ਕਹਿੰਦਾ ਹੁੰਦਾ ਸੀ, ਪਰਮਾਤਮਾ ਨੇ ਉਹ ਹੀ ਜਿੱਦ ਬਹਿੜ ਸਾਡਾ ਮੂਰਤਾਂ ਵਾਸਤੇ। ਅੱਜ ਤਾਂ ਖੁਸ਼ੀ ਚੱਕੀ ਫਿਰਦਾ, ਪਰ ਉਹ ਦਿਲਾਂ ਦਾ ਰਾਜਾ ਸੀ, ਹਰ ਇੱਕ ਨੂੰ ਪਿਆਰ ਕਰਦਾ ਸੀ। ਆ ਗਿਆ ਫਿਰ ਬਾਈ ਦੁਬਾਰੇ ਹੁਣ ਬਹੁਤ, ਹਰ ਇੱਕ ਅੱਖ ਸਿੱਧੂ ਲਈ ਰਹੀ ਸੀ ਅਤੇ ਹਰ ਇੱਕ ਨੇ ਖੁਸ਼ੀ ਮਨਾਈ ਹੈ ਜੀ ਪੂਰੇ ਵਰਲਡ ਵਿੱਚ। ਥੈਂਕ ਯੂ। ਥੈਂਕ ਯੂ।